ब्रेक तो बाद सारे दर्शकों का स्वागत है जी। वेख पा रहे हैं कि काफ़ी सारी कॉल्स इस टाइम क्यू दे विच हैगी हैं, और जेकर तुसी भी अज दे मुद्दे दे मुतलक अपने विचार साझा करना चाहते हो तो मैं हेठ लिखे नंबर के उत्ते कॉल कर सकते हो। हैलो, सत श्री अकाल जी, तुसी ऑन एयर हो, कौन बोल रहे हो, कितों बोल रहे हो? ਸਤਿ ਸ਼੍ਰੀ ਅਕਾਲ ਭਾਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ। ਜੀ ਹਰਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ? ਇੱਕ ਤਾਂ ਜਿਹੜੇ ਸ਼ੁਰੂ 'ਚ ਅੰਕਲ ਹਰਭਜਨ ਸਿੰਘ ਹੁਣਾਂ ਨੇ ਕਾਲ ਕੀਤੀ ਸੀ, ਜੀ ਜੀ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕਹੀਆਂ ਉਹ ਬਿਲਕੁਲ ਉਹਨਾਂ ਨੇ ਸਹੀ ਕਹੀਆਂ। ਸਾਨੂੰ ਉਹਨਾਂ ਦੀ ਗੱਲ, ਹਰ ਇੱਕ ਗੱਲ ਦਾ ਸਮਰਥਨ ਕਰਨਾ ਚਾਹੀਦਾ। ਅੱਜ ਸਾਨੂੰ ਗੱਲਾਂ, ਬਹਿਸ ਕਿਹੜੇ ਟੌਪਿਕਸ ਤੇ ਕਰਨੀ ਚਾਹੀਦੀ ਸੀ ਤੇ ਕਿਹੜੇ ਤੇ ਕਰਨੀ ਪੈ ਰਹੀ ਆ। ਜੀ 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 ਤੇ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਜਿੰਨੀਆਂ ਵੀ ਪੋਲੀਟੀਕਲ ਪਾਰਟੀਜ਼ ਹੈਗੀਆਂ ਆ, ਉਹਨਾਂ ਦਾ ਕਿਸੇ ਵੀ ਪਾਰਟੀ ਦਾ ਯਕੀਨ ਕਰਨਾ ਤਾਂ ਬਹੁਤ ਔਖਾ ਆ ਵੈਸੇ ਅੱਜ ਕੱਲ ਜੀ। ਬਟ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਬਰਗਾੜੀ ਮੋਰਚੇ ਬਾਰੇ ਕਹੀ ਆ ਕਿ ਇਹ ਕਾਂਗਰਸ ਦਾ ਮੋਰਚਾ ਆ, ਜੀ ਜੀ ਜੀ, ਜਿਹੜੀ ਪਾਰਟੀ ਹਮੇਸ਼ਾ ਹੀ ਇਹ ਕਾਂਗਰਸ ਨੂੰ ਇਸ ਗੱਲ ਤੋਂ ਭੰਡਦੀ ਰਹੀ ਆ ਕਿ ਇਹ ਸਿੱਖਾਂ ਦੇ ਐਂਟੀ ਆ, ਤੇ ਅੱਜ ਉਹ ਕਹਿ ਰਿਹਾ ਕਿ ਇਹ ਉਹੀ ਸਿੱਖ ਆ ਜਿਹੜੇ ਮੋਰਚਾ ਲਾ ਕੇ ਬੈਠੇ, ਜਦਕਿ ਸਿੱਖੇ ਮੋਰਚਾ ਲਾ ਕੇ ਬੈਠੇ ਆ ਬਰਗਾੜੀ ਦੇ ਵਿੱਚ, ਜੀ 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 ਜੀ, ਜਿਨ੍ਹਾਂ ਨੇ ਉਹਨਾਂ ਨੇ ਕਿਹਾ ਸੀ ਇਹ ਕਾਂਗਰਸ ਦਾ ਮੋਰਚਾ। ਇਹ ਗੱਲ ਬੜੀ ਅਚੰਭੇ ਵਾਲੀ ਆ ਵੈਸੇ, ਜੀ ਜੀ ਜੀ, ਇਹ ਗੱਲ ਸਾਡੇ ਅਕਾਲੀ ਦਲ ਨੂੰ ਉਸ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਸੀ ਕਿਉਂਕਿ ਇਹ ਆਪਣੇ ਆਪ ਨੂੰ ਪੰਥਕ ਪਾਰਟੀ ਵੀ ਕਹਿੰਦੇ ਤੇ ਰਹੀ ਵੀ ਆ ਕਿਸੇ ਟਾਈਮ ਤੇ। ਇਹਦੇ ਚ ਨੋ ਡਾਊਟ ਕਿ ਅਕਾਲੀ ਜਿਹੜੇ ਪੁਰਾਣੇ ਸੀ ਉਹ ਪੰਥਕ ਨਹੀਂ ਸੀ, ਉਹ ਪੰਥਕ ਰਹੇ ਆ। ਅਸੀਂ ਉਹਨਾਂ ਨੂੰ ਅੱਜ ਦੇ ਅਕਾਲੀਆਂ ਦੇ ਨਾਲ ਮਿਲਾ ਕੇ ਉਹਨਾਂ ਦੀ ਜਿਹੜੀ ਦੇਣ ਆ ਸਿੱਖ ਸਿੱਖ ਕੌਮ ਦੇ ਲਈ, ਅਸੀਂ ਉਹਨੂੰ ਕਿਨਾਰ ਨਹੀਂ ਕਰ ਸਕਦੇ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਅਸੀਂ ਹੁਣ ਦੇਖਦੇ ਹਾਂ ਕਿ ਇੱਕ ਦੂਜੇ ਤੇ ਚਿੱਕੜ ਸਿੱਟੀ ਜਾਂਦੇ ਆ ਸਾਰੇ, ਇਹ ਉਹ ਚੋਰ ਆ, ਇਹ ਚੋਰ ਆ, ਇਹ ਬਹੁਤ ਮੰਦਭਾਗਾ ਜਿਹਾ ਕੰਮ ਹੋ ਗਿਆ ਆ। ਅਸੀਂ ਲੀਹ ਤੋਂ ਲੈ ਗਏ ਹਾਂ ਐਕਚੁਲੀ। ਹਾਂ, ਅਸੀਂ ਜਿਹੜੇ ਸਾਡੇ ਅਸੀਂ ਲੋਕ ਜੇ ਮਰ ਰਹੇ ਹਾਂ, ਅਸੀਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਸਾਡੇ ਕਿਸਾਨ ਜੇ ਅੱਜ ਮਰ ਰਹੇ, ਅਸੀਂ ਕਹਿੰਦੇ ਹਾਂ ਕਿ ਇਹਨੇ ਕਰਜ਼ਾ ਲੋੜ ਤੋਂ ਵੱਧ ਚੱਕਿਆ ਸੀ, ਇਹ ਤਾਂ ਮਰ ਰਿਹਾ ਆ। ਇਹ ਤੁਸੀਂ ਵੀ ਰਿਪੋਰਟਾਂ ਵੇਖ ਲਈਆਂ ਕਿ ਜਦੋਂ ਅਕਾਲੀ ਸਰਕਾਰ ਗਈ ਆ, ਉਹਨਾਂ ਨੇ ਲਾਸਟ ਸਾਲ ਦੇ ਵਿੱਚ, ਲਾਸਟ ਈਅਰ ਦੇ ਵਿੱਚ ਇੰਨਾ ਕਰਜ਼ਾ ਚੱਕਿਆ ਜਿੰਨਾ ਉਹਨੇ 4 ਸਾਲਾਂ ਦੇ ਵਿੱਚ ਚੱਕਿਆ ਸੀ। ਲਾਸਟ ਟਰਮ ਜਿਹੜੀ ਉਹਨਾਂ ਦੀ ਹੋਈ ਆ ਨਾ, ਆਖਰੀ 5 ਸਾਲਾਂ ਦੀ ਟਰਮ ਹੋਈ ਆ। ਰੋਡਸ ਬਹੁਤ ਵਧੀਆ ਉਹਨਾਂ ਨੇ ਬਣਾਏ ਆ, ਸਾਨੂੰ ਪਤਾ ਹੈ ਰੋਡਸ ਬਹੁਤ ਵਧੀਆ, ਅਸੀਂ ਨਿੰਦ ਨਹੀਂ ਸਕਦੇ ਉਹਨਾਂ ਨੂੰ ਕਿ ਰੋਡਸ ਨਹੀਂ ਬਣਾਏ ਉਹਨਾਂ ਨੇ। ਪਰ ਤੁਸੀਂ ਇਹ ਦੇਖੋ ਕਿ ਜੇ ਤੁਹਾਡੀ ਜੇਬ 'ਚ ਪੈਸੇ ਨੇ, ਤੁਸੀਂ ਕਰਜ਼ਾ ਚੱਕ ਕੇ ਕੋਠੀ ਪਾਉਂਦੇ ਆ ਤੇ ਤੁਸੀਂ ਫਾਹਾ ਹੀ ਲੈਣਾ ਇੱਕ ਦਿਨ। ਜੀ ਜੀ, ਤੇ ਇਹੀ ਕੰਮ ਸਾਡੇ ਪੰਜਾਬ ਨਾਲ ਹੋ ਗਿਆ ਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਸੀ, ਅਸੀਂ ਇੰਸਟਾ ਆਪਣਾ ਜਿਹੜੀ ਜੋ ਵੀ ਸੀ ਕੀ ਉਹਨੂੰ ਕਹਿੰਦੇ ਆ, ਅਸੀਂ ਰੋਡਸ ਬਹੁਤ ਵਧੀਆ ਬਣਾ ਤੇ, ਸਾਰਾ ਕੁਛ ਵਧੀਆ ਬਣਾ ਲਿਆ, ਬਟ ਕਰਜ਼ਾ ਚੱਕ ਕੇ ਬਣਾਇਆ, ਹੁਣ ਕਰਜ਼ਾ ਮੋੜਨਾ ਕਿੱਦਾਂ ਆ, ਅਸੀਂ ਫਸ ਗਏ। ਤੇ ਜਿਹੜੀ ਗੱਲ ਹੈ ਕਿ ਸਾਡੇ ਲੀਡਰਸ ਨੂੰ ਚਾਹੀਦਾ ਤਾਂ ਇਹ ਸੀ ਕਿ ਅੱਜ ਅਸੀਂ ਬਹਿਸ ਕਰਦੇ, ਜਿੱਦਾਂ ਅੰਕਲ ਹਰਭਜਨ ਸਿੰਘ ਹੋਣਾ ਨੇ ਕਿਹਾ ਕਿ ਸਾਡੀ ਐਜੂਕੇਸ਼ਨ ਕਿੱਥੇ ਕਿਹੜੀ ਆ, ਸਾਡੀ ਸਿਹਤ ਵਿਵਸਥਾ ਕਿੱਥੇ ਕਿਹੜੀ ਆ, ਕਰੈਕਟ, ਇਹਨਾਂ ਚੀਜ਼ਾਂ ਦੇ, ਪਰ ਅਸੀਂ ਫਸ ਗਏ ਹੋਰ ਪਾਸੇ ਜਾ ਕੇ। ਇਹ ਬਹੁਤ ਮਾੜਾ ਕੰਮ ਹੋਇਆ ਤੇ ਇਹ ਲੋਕਾਂ ਨੂੰ ਉੱਠਣਾ ਚਾਹੀਦਾ, ਲੋਕਾਂ ਨੂੰ ਆਪਣੇ ਆਪ ਸਮਝਣਾ ਚਾਹੀਦਾ ਕਿ ਸਾਡੇ ਲਈ ਚੰਗਾ ਤੇ ਕੀ ਮਾੜਾ ਆ। ਜਿੰਨਾ ਚਿਰ ਸਾਡੇ ਲੋਕ ਨੀ ਆਪਣੇ, ਜਿੰਨਾ ਚਿਰ ਲੋਕ ਚਾਪਲੂਸੀ ਨੀ ਛੱਡਦੇ, ਜੀ ਜੀ, ਉਹਨਾਂ ਚਿਰ ਕੁਛ ਨੀ ਹੋ ਸਕਦਾ। ਕਰੈਕਟ ਕਰੈਕਟ ਕਰੈਕਟ, ਜਿੰਨਾ ਚਿਰ, ਜੇ ਵੈਸੇ ਤਾਂ ਦਲਿਤ ਸ਼ਬਦ ਹੀ ਬਹੁਤ ਮਾੜਾ ਆ, ਜੇ ਤੁਸੀਂ ਉਹ ਤੁਸੀਂ ਬਰਾਬਰੀ ਕਿੱਥੋਂ ਕਰ ਲਓਗੇ ਜਦੋਂ ਤੁਸੀਂ ਕਹੀ ਦਿੱਤਾ ਕਿ ਇਹ ਦਲਿਤ ਆ, ਇਹ ਜੀ ਜਨਰਲ ਕੈਟਾਗਰੀ ਦਾ, ਇਹ ਸ਼ੈਡਿਊਲ ਕੈਟਾਗਰੀ ਦਾ, ਫਿਰ ਉਹ ਬਰਾਬਰੀ ਤੁਸੀਂ ਕਰ ਹੀ ਨੀ ਸਕਦੇ। ਜੀ ਜੀ, ਮੈਨੂੰ ਇਸ ਗੱਲ ਤੋਂ ਤੁਹਾਡੀ ਇੱਕ ਗੱਲ ਯਾਦ ਆਉਂਦੀ ਹੈ ਕਿ ਕਈ ਇੱਕ ਬਹੁਤ ਹੀ ਬੁੱਧੀਜੀਵੀ ਨੇ ਸਾਨੂੰ ਦੱਸਿਆ, ਮੇਰੀ ਗੱਲ ਉਹਨਾਂ ਨਾਲ ਗੱਲ ਹੋ ਰਹੀ ਸੀਗੀ, ਕਹਿੰਦੇ ਹਰਕੀਰਤ 1 + 1 ਕਿੰਨਾ ਹੁੰਦਾ? ਮੈਂ ਕਿਹਾ ਜੀ ਅਸੀਂ ਪੰਜਾਬੀ ਇਹੀ ਕਹਾਂਗੇ, ਇਹ ਸਾਰੇ ਇਹੀ ਕਹਿੰਦੇ ਕਿ ਜੀ 11। ਹਾਂਜੀ, ਅਤੇ ਕਹਿੰਦੇ ਫਿਰ ਕਿਸੇ ਹੋਰ ਨੇ ਮੇਰੇ ਨਾਲ ਬੈਠੇ ਸੀ, ਉਹ ਕਹਿੰਦੇ 2 ਜੀ, 1 + 1 2 ਹੁੰਦੇ ਆ। ਕਹਿੰਦੇ ਨਹੀਂ, ਕਹਿੰਦੇ 1 + 1 ਇਜ਼ 1। ਜਦ ਤੱਕ ਤੁਸੀਂ 1 ਹੀ ਨਹੀਂ ਹੋਵੋਗੇ ਆਪਸ ਦੇ ਵਿੱਚ, ਤਾਂ ਤੁਸੀਂ ਕਿਸ ਤਰੀਕੇ ਨਾਲ ਕੰਪੀਟ ਕਰੋਗੇ? ਤੁਸੀਂ 1 ਹੀ ਨਹੀਂ ਹੋ ਅਜੇ ਤੱਕ, ਤੁਸੀਂ 1 ਹੀ ਨਹੀਂ ਬਣ ਸਕੇ, ਤੁਸੀਂ 2 ਬਣਦੇ ਹੋ, 11 ਬਣ ਰਹੇ ਹੋ, ਲੇਕਿਨ 1 ਤਾਂ ਬਣੋ ਪਹਿਲਾਂ। ਬਿਲਕੁਲ ਕਰੈਕਟ, ਬਿਲਕੁਲ ਤੁਹਾਡੀ ਗੱਲ ਸਹੀ ਹੈ ਬਾਜੀ। ਜਿੰਨਾ ਚਿਰ ਅਸੀਂ ਇਸ ਗੱਲ ਨੂੰ ਹੀ ਨਹੀਂ ਭੁੱਲਦੇ ਹੈਗੇ, ਜੀ ਜੀ, ਕਿ ਜਦੋਂ ਸਾਡੇ ਦਿਮਾਗ 'ਚ ਜਿੰਨਾ ਚਿਰ ਵਰਡ, ਤੁਸੀਂ ਹੁਣ ਇੱਥੇ ਇਹਨਾਂ ਕੰਟਰੀਜ਼ ਦੇ ਵਿੱਚ ਦੇਖ ਲਓ, ਕੋਈ ਕਹਿੰਦਾ ਵੀ ਇਹ ਕਿਹੜੀ ਜਾਤ ਦਾ ਆ ਤਾਂ ਉਹ ਕਿਹੜੀ ਜਾਤ ਦਾ ਆ, ਬੰਦੇ ਨੂੰ ਬੰਦਾ ਹੀ ਸਮਝ ਪਿਆ ਨਾ। ਜੀ ਜੀ ਜੀ, ਜਿੰਨਾ ਚਿਰ ਸਾਡੇ ਆਪਣੇ ਦਿਲਾਂ ਚੋਂ ਨਹੀਂ ਇਹ ਫਰਕ ਲੈਂਦਾ, ਅਸੀਂ ਤਾਂ ਅਸੀਂ ਖੁਦ ਕਹਿੰਦੇ ਆ ਉਹ ਨਹੀਂ ਜੀ, ਉਹ ਜੱਟ ਆ, ਉਹ ਆ ਧਰਮਿਆਂ ਦਾ, ਉਹ ਬ੍ਰਾਹਮਣ ਆ, ਉਹ ਵਾਲਮੀਕ ਆ, ਉਹ ਇਹ ਆ, ਉਹ ਆ। ਇਹ ਗੱਲ ਜਿਹੜੀ ਆ, ਜਿੰਨਾ ਚਿਰ ਅਸੀਂ ਨਹੀਂ ਉੱਠਦੇ ਉਹਨਾਂ ਚਿਰ ਹਾਲ ਨਹੀਂ ਹੋਣੀ। ਤੇ ਦੂਜੀ ਗੱਲ ਇਹ ਆ, ਜਿੰਨਾ ਚਿਰ
ਜਿਹੜਾ ਦਲਿਤ ਸਮਾਜ ਦਾ ਬੰਦਾ ਆਪਣੇ ਆਪ ਨੂੰ ਦਲਿਤ ਸਮਝਣਾ ਨਹੀਂ ਬੰਦ ਕਰਦਾ ਓਨਾ ਚਿਰ ਉਹਦਾ ਸੁਧਾਰ ਨਹੀਂ ਹੋ ਸਕਦਾ। ਜਦੋਂ ਉਹ ਕਹਿੰਦਾ ਕਿ ਮੈਂ ਦਲਿਤ ਆ ਮੈਨੂੰ ਜੀ ਆਹ ਹੱਕ ਦਿੱਤੇ ਜਾਣ, ਉਹਦਾ ਸੁਧਾਰ ਨਹੀਂ ਹੋ ਸਕਦਾ। ਜਿੰਨਾ ਜਦੋਂ ਉਹ ਕਹੂਗਾ ਕਿ ਮੈਂ ਵੀ ਤੁਹਾਡੇ ਵਰਗਾ ਹੀ ਇਨਸਾਨ ਆ ਮੈਨੂੰ ਵੀ ਤੁਹਾਡੇ ਵਰਗੇ ਹੀ ਹੱਕ ਮਿਲਣੇ ਚਾਹੀਦੇ ਆ, ਜੀ 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 ਗੱਲ ਬਦਲੂਗੀ। ਕਰੈਕਟ 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 ਬਹੁਤ ਬਹੁਤ ਧੰਨਵਾਦ ਜੀ। ਇੱਕ ਕਾਲਰ ਹੋਰ ਰਹੇ ਨੇ, ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਕਾਫੀ ਦੇਰ ਤੋਂ ਉਹਨਾਂ ਦਾ ਕਾਲ ਹੋਲਡ ਦੇ ਵਿੱਚ ਪਾਇਆ ਹੋਇਆ, ਜਾਣਨ ਦੀ ਕੋਸ਼ਿਸ਼ ਕਰਦੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਪਿੰਦਰ ਸਿੰਘ ਦਿਆਲ ਜੀ ਬੈਲਜੀਅਮ ਤੋਂ ਬੋਲ ਰਿਹਾ ਜੀ। ਜੀ ਕੀ ਕਹਿਣਾ ਚਾਹੋਗੇ ਸੁਪਿੰਦਰ ਸਿੰਘ ਜੀ? ਹਾਂਜੀ ਸਰ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਬਰਗਾੜੀ ਮੋਰਚੇ ਤੇ ਜਿਹੜਾ ਦੇਖੋ ਅਕਾਲੀ ਸਮੇਂ ਤੇ ਜਦੋਂ ਜਿਹੜਾ ਅਟੈਕ ਹੋਇਆ ਸੀ ਜੀ ਜੀ ਸਿੱਖਾਂ ਤੇ, ਜੀ ਜੀ ਠੀਕ ਹੈ ਨਾ ਜੀ ਜੀ, ਉਹ ਤੇ ਇਹਨਾਂ ਦੀ ਮਿਲੀ ਭੁਗਤ ਹੈ ਸਾਰੀ। ਜੀ 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 ਠੀਕ ਨਾ ਜੀ ਜੀ, ਇਹੋ ਸੁਖਬੀਰ ਬਾਦਲ ਤੇ ਸਾਰੇ ਇਹ ਮਿਲੇ ਹੋਏ ਨੇ ਜੀ, ਆਪਸ ਵਿੱਚ ਕਾਂਗਰਸ ਹੀ ਇਹ ਜਿਹੜੇ ਹੁਣ ਦੇਖੋ ਸਾਰਾ ਕੁਛ ਸਾਹਮਣੇ ਆ ਗਿਆ। ਚਲੋ ਗੁੱਡ ਹੈ, ਘੱਟ ਤੋਂ ਘੱਟ ਐਕਸਪੋਜ਼ ਤਾਂ ਕੋਈ ਨਾ ਕੋਈ ਹੋ ਰਿਹਾ, ਤਸਵੀਰ ਸਾਫ਼ ਹੋ ਰਹੀ ਹੈ ਧੁੰਦਲੀ। ਬਹੁਤ ਜ਼ਰੂਰੀ ਸੀਗਾ ਸਾਡੇ ਦਰਸ਼ਕਾਂ ਨੂੰ ਇਹ ਜਾਣਨਾ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਸੀ ਕਿ ਸਾਡੀ ਵੀ ਕਿ ਇਸ ਮੁੱਦੇ ਦੇ ਜ਼ਰੀਏ ਤੁਹਾਨੂੰ ਦੱਸੀਏ। ਵੈਸੇ ਤੁਸੀਂ ਆਪ ਬਹੁਤ ਜ਼ਿਆਦਾ ਸਮਝਦਾਰ ਹੋ, ਕਿਉਂਕਿ ਤੁਸੀਂ ਕੰਕਲੂਜਨ ਖੁਦ ਆਪ ਕੱਢਦੇ ਹੋ, ਰੋਜ਼ ਤੁਸੀਂ ਕੱਢਦੇ ਹੋ। ਆਈ ਰੀਅਲੀ ਐਪਰੀਸ਼ੀਏਟ, ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੋਣਾ ਤਾਂ ਮੈਨੂੰ ਤੁਸੀਂ ਮੇਲ ਕਰ ਸਕਦੇ ਹੋ, ਜਾਂ ਕੁਛ ਫੀਡਬੈਕ ਦੇਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਅਸੀਂ ਹੋਰ ਕਵਰ ਕਰ ਸਕਦੇ ਹਾਂ, ਉਹ ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਅੱਜ ਦੇ ਮੁੱਦੇ ਦੇ ਵਿੱਚ ਫਿਲਹਾਲ ਇੰਨਾ ਹੀ, ਮੈਨੂੰ ਹਰਕੀਰਤ ਸਿੰਘ ਆਲੂ ਵਾਲੇ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।